हर पूजा
be here. चंदन प
तीर्थ
ਚੰਗਿਆਈ ਦੇ ਨਾਮ ਥੱਲੇ ਪਿਆ ਹੋਇਆ ਬਹੁਤ ਸਾਰਾ ਵੱਡਾ ਭਰਮ ਜਿਹਦੇ ਅਧੀਨ ਮਨੁੱਖ ਦੇ ਜੀਵਨ ਦੇ ਰਾਹ ਵਿਖਰੇ ਹੋ ਰਹੇ ਨੇ। ਉਸ ਭਰਮ ਦੀ ਨਿਵਿਰਤੀ ਹੈ, ਇਹ ਕੌੜੀ ਸੱਚਾਈ। ਬਾਬਾ ਕਬੀਰ ਸੱਚ ਕਹਿਣ ਤੋਂ ਸੰਸਾਰ ਨੂੰ ਦੁਨੀਆਂ ਨੂੰ ਖੁਸ਼ ਨਹੀਂ ਨਾ ਕਰਨਾ ਚਾਹੁੰਦੇ, ਸੱਚ ਬੋਲਣਾ ਚਾਹੁੰਦੇ। ਇਹ ਅਕਸਰ
संसार का एक फितरत समझो आदत स्वभाव है कि संसार के लोग सच कहने वाले अपनाते नहीं, बल्कि गुरु ने बाणी विच इसलिए एक लफ्ज विच इस गल का फैसला कर लिया। कह लगे जे को बोले सच, जे को बोले सच पूरा जल जावे, क्यों इसलिए जल जाता है क्योंकि कुड़ियारी रजे कूड़। बल्कि इतों तक आख दिता टूटे ने हो के बोले सही, जे कोई सच बोले तो उनके नालों सारे अपना रिश्ता तोड़ लेंगे, न्यू ही टूट जाते, कोई अपना नहीं रहता, कोई उसनू अपनाउंदा नहीं, कोई उनकी गल नू पसंद नहीं करता। टूटे ने हो के बोले सही। पिछले हफ्ते भी बाबा कबीर का सही बोलना जोड़ा उनका एक विषय आया से दूजे दिन सैचुरे शनिवार को कि संसार के लोग कबीर को बाबरा आख रहे हैं इसलिए क्योंकि वो सही बोलना। मैं अब उस विस्तार में नहीं जाना चाहता क्योंकि कल उस विषय को आप आगे लेके तुलना पिछली बार कहा कह लगे इस विषय को आप होर चंगी तरह समझ रहे सैटरडे उस विषय को फिर से पर जो अज का मसला है वह भी सही बोलन का मसला है। संसार के लोग धर्म के नाम थले गुमराह हो रहे हैं क्योंकि किसी को गुमराह करने लिए धर्म एक बड़ा सोहना साधन छेती हो जाता है। किसी को गलत राय भी पाना हो, कोई गलत सोच भी उसकी चोरी पानी हो, जे वो धर्म के नाम थले हो तो बड़ी आसानी प्रवान कर लेता है। आज एक लफज साडे विच बड़ा प्रवानिया होया है, मैं बाबा कबीर जी दे उस ख्याल नाल जोड़ना चाहता। हर पासे आवाज है एकता मिल बैठो, गल बड़ी चंगी लगती है क्योंकि धार्मिक हिस्सा है, धर्म का हिस्सा है मिल बैठना। धर्म का एक इशू है, गुरु ने भी आख्या ना को मेरा दुश्मन रहा ना हम किसके बैरा, ये भी आख दिता बिल बेकी बहम बरम न सा। और मिल बैठना लफज बड़ा प्यारा है, धर्म के खेत्र में होर भी चंगा लगता है। जेडे भले पुरुष ने धर्मी लोग ने वो इस लफज न बड़ी बाखूबी नाल प्यार नाल संभालते नहीं मिल के बैठना चाहिए। पर किन्दे नाल ये मसला नाल नहीं सोचते, मेरे बैठना चाहिए। गुरमुख विच बड़ा चंगा लगता है, अज भी हर पासों आवाज है, पर गुरबाणी विच एहो ही महानता है। किसी भी ईशु भुलेखे भरम नहीं रहन दिता, चंगी तरह खोले है। कह लगे मेरे बैठना बहुत चंगी गल, पर मैं तुम्हें गुरु कहते हैं बाबा कबीर भी कहते हैं मैं तुम्हें एक गल समझाना चाहना समझाना चाहना कि सानू पता हो बैठना तो जरूरी,
ਪਰ ਕਿੰਦੇ ਨਾਲ ਆ ਕਿੰਦੇ ਨਾਲ ਜਿਹੜਾ ਲਫ਼ਜ਼ ਹੈ ਇਹ ਅੱਜ ਬਾਬਾ ਕਬੀਰ ਸਮਝਾਇਆ ਹੈ ਤਾਂ ਕਿ ਤੂੰ ਧਰਮ ਦੇ ਨਾਮ ਥੱਲੇ ਕਿਸੇ ਐਸੇ ਭਰਮ ਵਿੱਚ ਨਾ ਪੈ ਜਾਏ ਤੇਰਾ ਜੀਵਨ ਬਰਬਾਦ ਹੋ ਜਾਏ ਬਾਬਾ ਕਬੀਰ ਕਹਿੰਦੇ ਨੇ ਵਿਚਾਰਧਾਰਾ ਨੂੰ ਸਮਝ ਕੇ ਫੈਸਲਾ ਕਰਨਾ ਹੋਏਗਾ ਤੂੰ ਕਿਹਦੇ ਨਾਲ ਮਿਲ ਬੈਠ ਸਕਣਾ ਲਓ ਆਹ ਮਸਲਾ ਹੈ ਕਿਉਂਕਿ ਦੁਨੀਆਂ ਦਾ ਹਰ ਮਨੁੱਖ ਇੱਕੋ ਜਿਹਾ ਨਹੀਂ ਹੁੰਦੀ ਵਿਚਾਰਧਾਰਾ ਇੱਕੋ ਜਿਹੀ ਨਹੀਂ ਇਸੇ ਲਈ ਗੁਰੂ ਨੇ ਆਖ ਦਿੱਤਾ ਕਹਿਣ ਲੱਗੇ ਇੱਕ ਉਹ ਦਰਖਤ ਹੈ ਜਿਹਦੇ ਉੱਤੇ ਸਭ ਤਰ੍ਹਾਂ ਦੇ ਜੀਵ ਆ ਬੈਠੇ ਇੱਕ ਤੱਤ ਹੈ ਚੋਣ ਤਾਂ ਕਰਨੀ ਪੈਗੀ ਨਾ ਮੈਂ ਗੱਲ ਕੀਤੀ ਸੀ ਕੋਇਲ ਦਾ ਬੱਚਾ ਕਾਮਣੀ ਕਾਮਣੀ ਪਾਲਦੀ ਹੈ ਪਰ ਜਦੋਂ ਜ਼ਰਾ ਵੱਡਾ ਹੁੰਦਾ ਹੈ ਨਾ ਕੋਇਲ ਜਦੋਂ ਨੇੜੇ ਆ ਕੇ ਬੋਲਦੀ ਉਹ ਇੱਕਦਮ ਆਪਣੀ ਬੋਲੀ ਪਛਾਣ ਕਹਿੰਦਾ ਨਹੀਂ ਇਹ ਜਿਹੜੀ ਮੇਰੇ ਬੋਲ ਪਾ ਰਹੀ ਇਹ ਮੇਰੀ ਬੋਲੀ ਨਹੀਂ ਮਿਲਦੀ ਉਹਦੇ ਨਾਲ ਮੇਰੀ ਬੋਲੀ ਮਿਲਦੀ ਉਹਦੇ ਹਾਲ ਮੇਰੇ ਵਿੱਚ ਚਲਾ ਜਾਂਦਾ ਐਸਾ ਨੇ ਆਖੀ ਕੋਇਲ ਪਾਲੀ ਕੰਮ ਨਹੀਂ ਵੱਡਾ ਹੋਏ ਪਰਿਵਾਰ ਮਿਲਦਾ ਆਪਣੇ ਪਰਿਵਾਰ ਵਿੱਚ ਪਹੁੰਚਦਾ ਕਿਉਂ ਕਿਉਂਕਿ ਉਹ ਪਰਿਵਾਰ ਦੀ ਪਛਾਣ ਉਹਦੀ ਬੋਲੀ ਤੋਂ ਸਮਝਦਾ ਹੈ ਤੇ ਜੇ ਉਹ ਨਾ ਪਛਾਣ ਸਕੇ ਜ਼ਿੰਦਗੀ ਕੌਣੀ ਬਣ ਜਾਂਦੀ ਹੈ ਕਹਿਣ ਲੱਗੇ ਉਹ ਭਲਿਆ ਮਿਲਾਪ ਬਹੁਤ ਚੰਗੀ ਗੱਲ ਹੈ ਪਰ ਮਿਲਾਪ ਤੋਂ ਪਹਿਲਾਂ ਜਿਹਦੇ ਨਾਲ ਮਿਲ ਬੈਠਣ ਦਾ ਮਸਲਾ ਹੈ ਉਹਦੀ ਵਿਚਾਰਧਾਰਾ ਜ਼ਰੂਰ ਸਮਝ ਬਸ ਇਹ ਸਵਾਲ ਜਦੋਂ ਅੱਜ ਦੇ ਮਿਲਾਪ ਵਾਲਿਆਂ ਦੇ ਸਾਹਮਣੇ ਕਰੀਦਾ ਹੈ ਨਾ ਜਿਹੜੇ ਕਹਿੰਦੇ ਨੇ ਏਕਤਾ ਏਕਤਾ ਹੈ ਤੇ ਉਹ ਇਸ ਲਫ਼ਜ਼ ਨੂੰ ਪ੍ਰਵਾਨ ਨਹੀਂ ਕਰਦੇ ਕਹਿੰਦੇ ਜੀ ਇਹ ਨਵੀਂ ਤਰ੍ਹਾਂ ਦੀ ਆਲੋਚਨਾ ਕਰ ਮਿਲ ਬੈਠਣਾ ਵੀ ਪਸੰਦ ਕਰਦੇ ਬਾਬਾ ਕਬੀਰ ਜੀ ਨੇ ਖਿਆਲ ਦੇ ਦਿੱਤਾ ਕਹਿਣ ਲੱਗੇ ਰੱਬ ਦਾ ਰਾਹ ਪ੍ਰਭੂ ਦੀ ਸਿਫਤ ਸਦਾ ਚੰਗੀ ਨਹੀਂ ਲੱਗਦੀ ਉਹਦਾ ਦਿਲ ਹੀ ਨਹੀਂ ਲੱਗਦਾ ਇੱਥੋਂ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਬਹੁਤ ਥਾਵਾਂ 'ਤੇ ਇਹ ਲਫ਼ਜ਼ ਆਏ ਨੇ ਇਸ ਵਿਚਾਰ ਆਇਆ ਕਿ ਜਿਹੜਾ ਸਾਖਤ ਪੁਰਸ਼ ਹੈ ਸਾਖਤ ਜਾਏ ਨਵੇਂ ਬੁਰਾ ਅੱਗੇ ਮਨ ਖੋਟੇ ਕੂੜ ਕੂੜੇ ਆ ਰਹੇ ਉਹ ਜਾ ਚਲਾ ਵੀ ਜਾਂਦਾ ਫਿਰ ਵੀ ਮਨ ਖੋਟਾ ਹੁੰਦਾ ਕਿਉਂਕਿ ਉਹਦੀ ਖੁਰਾਕ ਉੱਥੇ ਨਹੀਂ ਮਨ ਖੋਟੇ ਕੂੜ ਕੂੜ ਆ ਰਹੇ ਇੱਥੇ ਵੀ ਕਿਤੇ ਨਾ ਇੱਕ ਖਿਆਲ ਕਰੀ ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਜਦੋਂ ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ ਰੋਜ਼ਾਨਾ ਸਾਡੇ ਜੀਵਨ ਨਾਲ ਸੰਬੰਧ ਰੱਖਣ ਵਾਲੀ ਬਾਣੀ ਇਹਦੇ ਵਿੱਚ ਚਾਰ ਪੌੜੀਆਂ ਉਹ ਨੇ ਜਿਨ੍ਹਾਂ ਦਾ ਐਂਡ ਦਾ ਕਾਫੀਆ ਬਿਲਕੁਲ ਮਿਲਦਾ ਹੈ ਜਪਜੀ ਸਾਹਿਬ ਦੀਆਂ ਚਾਰ ਪੌੜੀਆਂ ਉਹ ਨੇ ਪੰਚ ਪਰਿਵਾਰ ਦੀ ਅਸੰਖ ਜਪ ਦੀ ਅਸੰਖ ਮੂਰਖ ਅੰਧ ਕੌਰ ਦੀ ਅਤੇ ਅਸੰਖ ਨਾਵ ਅਸੰਖ ਥਾਵ ਦੀ ਇਹਨਾਂ ਚੋਂ ਦੇ ਅਖੀਰ 'ਤੇ ਜੋ ਤੁਨ ਭਾਵੇ ਸਾਈ ਭਰੀ ਕਾਰ ਤੂੰ ਸਦਾ ਸਲਾਮਤ ਰਹਿਣਾ ਕਾਫੀ ਮਿਲਦਾ
विचारधारा नहीं मिलती, कहानी नहीं मिलती, बिल्कुल वक्री वक्री। असंख जपदी है कर्मकांडी लोगों की एक लिस्ट, हालांकि गुरु ने आख दिता जब तो वर्त कीने पेखन को चरना राम तब तना की बुझे। पहली इस जप दी असंख जप दी कहानी सिर्फ कर्मकांडी लोगों की एक लिस्ट है। इस तो अगली जड़ी पौड़ी है उत्थे है असंख मूर्ख अंध को। देखो सारी पौड़ी पढ़ के, सारी पौड़ी में ही उन्होंने लिस्ट है जेड़े इखलाक तो मनुखी जीवन शैली तो गिरे हुए लोग ने। इसलिए इन्होंने चौ पौड़िया का आपसी आखिरी मेल होने के बावजूद भी जेड़ा नानक नीच कहे विचार दी तो कहना वह केवल असंख मूर्खा के बोल नाल है, बाकी तिना नहीं, बाकी तिना पौड़िया ये तुक नहीं आई नानक नीच कहे विचार। इतने क्यों आई? कई वीर कई बार इन अर्थ कर लगिया ये भी प्रभाव दे जाते हैं। भी गुरु नानक ने अपने आप को नीच आख्या, नानक नीच कहे विचार। इतने क्यों ये लफज आए हैं? क्योंकि इस पौड़ी विच नानक ने नीचा की विचार की थी। इस पौड़ी सारी विच पढ़ के कह लगे असंखा लोग संसार अंदर जप तप करने वाले भी ने करे। असंखा लोग वो भी ने जिहड़ी आखरी नरसंख नाभू पौड़ी जिहड़े तीर्थ यात्रा के थावां स्थानां नूं पूजदे फिरदे। कह लगे मैं देखना असंखा लोग, असंखा तो भाव हुंदा अनगिनत, जो गिनती आपां करने आउंदे संख लफज तो अगे असंख आउंदा है, असंख ते आके गिनती खत्म हो जाती, गिनती खत्म हो जाती, जिसका मतलब अनगिनत लोग। कहते ने अनगिनत लोग जप तप करने वाले ने, अनगिनत लोग तीर्थ यात्रा ते नावां थावां दे नाल संबंध रखते हैं, पर असंख अनगिनत लोग ही वो ने जेडे जीवन गुनाहगार। कहते असंख मूर्ख अंध घोर संख चोर हराम खोर, सारी पौड़ी असंख बड़े हत्या कमाए, असंख पापी पाप कर जाए, असंख कूड़े यार कूड़े फुराए, असंख मलेश मल पक आए, असंख निंदक सिर करे बाहर। ये हम क्योंकि सारे नीच ने, इसलिए कहता नानक नीच कहे विचार। इस पौड़ी में नीचा की एक लिस्ट दी है, यह जे लोग जो गुनाहगार की आखिए गुरु नानक ने किसी नाल बेइंसाफी की थी? सच आखी जेड़ा सच कहता है ना वो बदसूरत में बेइंसाफी लगता है, जेड़ा सच कहता है ना वो जिंदे नाल संबंध रखता होवे उन्हें बिरद भी लगता है। पर बाबा कबीर कहता है, कहता पर यार क्योंकि कल पिछले हफ्ते जरा श्लोक आखिरी आ रहा सी उनके एक लफज सखीरले जब देखे ओ बेड़ा जर जरा जब देखे ओ बेड़ा जर जरा तब पुत्र मरे ओ हर फक कह लग जब
ਜਿਹੜਾ ਡੁੱਬਣ ਵਾਲਾ ਤੈਨੂੰ ਨਜ਼ਰ ਆਵੇ ਨਾ ਵਾਰ ਵਾਰ ਥਾਂ ਥਾਂ ਛੇਕ ਹੋਣ ਫੂਟੇ ਛੇਕ ਹਜ਼ਾਰ ਪੁਰਾਣਾ ਮੇਰਾ ਹਜ਼ਾਰਾਂ ਛੇਕ ਹੋਣ ਕਮਜ਼ੋਰੀਆਂ ਹੋਣ ਨਜ਼ਰ ਆਉਂਦਾ ਹੋਵੇ ਵੀ ਇਹ ਬੇੜਾ ਡੁੱਬ ਜਾਣਾ ਫਿਰ ਉਸ ਬੇੜੇ ਨਾਲ ਮੂੰਹ ਨਾ ਕਰੇ ਉਸ ਬੇੜੇ ਨਾਲ ਸੰਬੰਧ ਨਾ ਰੱਖੋ ਮੈਂ ਤੇ ਸੰਬੰਧ ਤੋੜਨ ਦਾ ਮਸਲਾ ਆ ਗਿਆ ਪਰ ਵਿੱਚ ਛੱਡ ਕੇ ਛਾਲ ਮਾਰ ਕੇ ਉਹਦੇ ਉੱਤੇ ਉਤਰ ਜਾਏ ਬੇੜੇ ਡੁੱਬਣ ਵਾਲੇ ਤੇ ਕੌਣ ਸਵਾਲ ਹੁੰਦਾ ਕਹਿਣ ਲੱਗੇ ਇਸੇ ਤਰ੍ਹਾਂ ਜੇ ਕਿਸੇ ਮਨੁੱਖ ਦਾ ਜੀਵਨ ਗੁਣਾਂ ਦਾ ਪਾਪ ਪਾਪ ਵਿੱਚ ਗਲਤਾਨ ਬੁਰਾਈਆਂ ਵਿੱਚ ਗਲਤਾਨ ਵਿਸ਼ੇ ਵਿਕਾਰਾਂ ਵਿੱਚ ਗਲਤਾਨ ਵੇਖੇ ਉਹਦੇ ਨੇੜੇ ਨਾ ਜਾਈ ਤਿਆਗਣਾ ਕੀ ਤਿਆਗਣਾ ਵੀ ਹੈ ਕਿਸੇ ਨੂੰ ਛੱਡਣਾ ਵੀ ਹੈ ਕਹਿਣ ਲੱਗੇ ਨਿਸ਼ਾਨੀ ਕੀ ਹੈ ਪਰਖ ਲੈ ਮਨੁੱਖ ਨੂੰ ਭਗਤੀ ਗੁਰੂ ਦੀ ਸਿਫਤ ਸਲਾਹ ਰੱਬ ਦੀ ਸਿਫਤ ਸਲਾਹ ਚੰਗੀ ਨਾ ਲੱਗੇ ਉਹਦੇ ਨੇੜੇ ਨਾ ਜਾਏ ਕਿਉਂਕਿ ਹਰ ਚੀਜ਼ ਦੇ ਨੇੜੇ ਜਾਣਾ ਹਰ ਚੀਜ਼ ਨਾਲ ਏਕਤਾ ਹਰ ਇੱਕ ਨਾਲ ਜਲਾਬ ਬਲਕਿ ਬਾਬਾ ਕਬੀਰ ਜੀ ਨੇ ਫਰੀਦ ਜੀ ਨੇ ਵੀ ਬਾਬਾ ਕਬੀਰ ਜੀ ਨੂੰ ਬੜੇ ਖੂਬਸੂਰਤ ਕਵਿਤਾ ਵਿੱਚ ਵਾਰ ਵਾਰ ਇੱਕ ਗੱਲ ਸਮਝਾਈ ਕਹਿਣ ਲੱਗੇ ਸੰਗ ਕੁਸੰਗੀ ਬੈਸਤੇ ਸੰਗ ਕੁਸੰਗੀ ਬੈਸਤੇ ਕਬ ਪੁੱਛੇ ਧਰਮ ਰਾਏ ਮਾਰੀ ਮਰੋ ਕੁਸੰਗ ਕੀ ਕਿਸੇ ਸਾਕਤ ਪੁਰਸ਼ ਦੀ ਰੱਬ ਨਾਲੋਂ ਟੁੱਟੇ ਹੋਏ ਮਨੁੱਖ ਦੀ ਜਿੰਦੀ ਵਿਚਾਰਧਾਰਾ ਤੇਰੇ ਧਰਮ ਦੇ ਵਿਚਾਰਧਾਰਾ ਨਾਲ ਨਾ ਮਿਲਦੀ ਹੋਵੇ ਛੱਡ ਦੇ ਨਹੀਂ ਤਾਂ ਵੇਖ ਲੈ ਇੱਕ ਐਗਜ਼ਾਮਪਲ ਦਿੰਦੇ ਵੇਖ ਲੈ ਜੇ ਭਲਾ ਬੇਰੀ ਦੇ ਦਰਖਤ ਦੇ ਨੇੜੇ ਕੇਲੇ ਦਾ ਦਰਖਤ ਪੈਦਾ ਹੋ ਜਾਏ ਕਬੀਰ ਦਾ ਖਿਆਲ ਜੇ ਭਲਾ ਨੇੜੇ ਪੈਦਾ ਹੋ ਜਾਏ ਖਤਰਾ ਕਿਹਨੂੰ ਹੈ ਸਜ਼ਾ ਕਿਹਨੂੰ ਹੈ ਬੇਰੀ ਨੂੰ ਕੁਛ ਨਹੀਂ ਵਿਗੜਦਾ ਬੇਰੀ ਦਾ ਪਰ ਕੁਛ ਨਹੀਂ ਰਹਿੰਦਾ ਕੇਲੇ ਦਾ ਬਾਬਾ ਕਬੀਰ ਜੀ ਦਾ ਖਿਆਲ ਹੈ ਕਹਿੰਦੇ ਨੇ ਮਾਰੀ ਮਰੋ ਕੁਸੰਗ ਕੀ ਭੈੜੀ ਸੰਗਤ ਦੀ ਬੁਰੇ ਆਦਮੀਆਂ ਦੀ ਵਿਕਾਰੀ ਆਦਮੀਆਂ ਦੀ ਦੋਸਤੀ ਜਿਹੜੀ ਹੈ ਇੱਥੇ ਦੋਸਤੀ ਦਾ ਮਸਲਾ ਕਹਿਣ ਲੱਗੇ ਮਾੜੇ ਆਦਮੀਆਂ ਦੀ ਦੋਸਤੀ ਇਹੋ ਹੀ ਹੈ ਜਿਵੇਂ ਬੇਰੀ ਦੇ ਦਰਖਤ ਦੇ ਨੇੜੇ ਕੇਲੇ ਦਾ ਦਰਖਤ ਪੈਦਾ ਹੋ ਜਾਏ ਹੁਣ ਫਰਕ ਦੋਵਾਂ ਵਿੱਚ ਕੀ ਹੈ ਵਿਚਾਰਧਾਰਾ ਦਾ ਜਿਹੜਾ ਕੇਲੇ ਦਾ ਦਰਖਤ ਹੈ ਉਹਨੂੰ ਕੰਡਾ ਹੀ ਕੋਈ ਨਹੀਂ ਪੱਤੇ ਬੜੇ ਮੁਲਾਇਮ ਨੇ ਰੇਸ਼ਮ ਵਰਗੇ ਨੇ ਉਹਦੇ ਵਿੱਚ ਕਠੋਰਤਾ ਹੀ ਕੋਈ ਨਹੀਂ ਤੇ ਦੂਜੇ ਪਾਸੇ ਜਿਹੜਾ ਬੇਰੀ ਦਾ ਦਰਖਤ ਹੈ ਉਹਦਾ ਇੱਕ ਇੱਕ ਰੋਮ ਕੰਡਿਆਂ ਨਾਲ ਭਰਿਆ ਪਿਆ ਬਲਕਿ ਮੈਂ ਤਾਂ ਇੱਕ ਗੱਲ ਕੀਤੀ ਸੀ ਸੰਸਾਰ ਦੇ ਅੰਦਰ ਕੰਡਿਆਂ ਵਾਲੇ ਦਰਖਤ ਹੋਰ ਵੀ ਬੜੇ ਨੇ ਪਰ ਬੇਰੀ ਦਾ ਕੰਡਾ ਜਿਹੜਾ ਸਭ ਤੋਂ ਖਤਰਨਾਕ ਹੈ ਜਿਨ੍ਹਾਂ ਨੇ ਵੇਖਿਆ ਪੰਜਾਬ ਵਿੱਚ ਨਸ਼ਿਆਂ ਨੇ ਤਾਂ ਵੇਖਿਆ ਬਾਕੀ ਦਰਖਤਾਂ ਬੂਟਿਆਂ ਦੇ ਕੰਡੇ ਸਿੱਧੇ ਹੁੰਦੇ ਨੇ ਚੁੱਭ ਜਾਏ ਆਸਾਨੀ ਨਾਲ ਕੱਢਿਆ ਜਾ ਸਕਦਾ ਉਹਦਾ ਖਤਰਨਾਕ ਨਹੀਂ ਆਸਾਨੀ ਨਾਲ ਕੱਢਿਆ ਜਾ ਸਕਦਾ ਪਰ ਬੇਰੀ ਦਾ ਕੰਡਾ ਜਿਨ੍ਹਾਂ ਨੇ ਦੇਖਿਆ ਉਹਨਾਂ ਨੂੰ ਪਤਾ ਹੋਵੇ ਉਹ ਅੱਗੋਂ ਮੁੜਿਆ ਹੁੰਦਾ
जे बेरी का कंडा चुभ जाए निकलता भी नहीं, जे कुसंगी दी भैड़ी संगत दी गुणागार पापी मनुख की संगत छड़नी भी औखी हो जाती है, होर मुश्किल बन जाता। ते बाबा कबीर कहने लिया, मारी मरो कुसंग की केले निकट जो बेर, नतीजा निकलता है वो झूले वो चिरिए। जदों हवा का बुला आता है बेरी का दरखत झुड़ता है हिलता है, ते केले का दरखत जड़ा है वह भी झुड़ता है, नतीजा निकलता है बेरी दे दरखत दे कंडे केले दे दरखत दे मुलायम पत्तियां नूं चीरो चीर कर दिंदे, लीर लीर कर दिंदे। उंदा विगड़दा कुछ नहीं, उंदा बचदा कुछ नहीं, खूबसूरती खत्म हो जाती। बाबा कबीर का एक एग्जाम्पल है, कहते नहीं इसलिए पढ़िया, एक ख्याल करी, जेड़े लोग गुनाहगार ने, जेड़े लोग गुरु नालों रब नालों टुटे हुए ने, कि उन्होंने रिश्ते उन्होंने दोस्ती ना पालता फिर दोस्ती ना पालता फिर उन्होंने क्यों कहता, साकत संग न कीजिए दूरों जाइए भाग, कोई दोस्ती नहीं। ता मैं रुकना चाहता सा अज के युग वाला जेड़ा लफज है एकता का, उनके एक सवाल खड़ा हो गया, सवाल खड़ा हो गया, उनका नतीजा ही निकलता है, क्योंकि असी बिना सोचे समझे बिना परखे पछाणे दोस्ती का मित्रता का एकता का लफ्ज़ वरती जाने, इसलिए वो एजेंसियां वो लोग जिहड़े साडे जीवन नूं तबाह करना चाहते हैं वो एकदम साडे भेख विच साडे अंदर ही ऐसे सैल कायम कर दिंदियां ने, इहदे असी आम रोजाना देख रहे हैं हो रहे हैं। कारण की क्योंकि असी एक एकता लफज जाने असी विचारधारा नूं पहल नहीं दी। कहिंदे जीवन बनता है विचारधारा का, मनुख की जिंदगी जिन्नी संभाल है वह विचारधारा नाल है। श्री गुरु ग्रंथ साहब की एक विचारधारा का संग्रह है, इहदा मतलब सिख नूं विचारां नाल जोड़िया गया है, ते जे विचारां नूं ना समझेगा संस्कारां नूं कैसे समझेगा, क्योंकि विचारां ने संस्कार बनाउंदे। अज दा दुखांत बाबा कबीर जी ने बड़े खूबसूरत ढंग नाल निभाया, कहन लगे भलिया पापी भगत ना भावे, निशानी की है जिहड़ा पापी है उहदी निशानी, क्योंकि पाप ते पुन्नी ते पापी नूं पछाणना है। श्री गुरु ग्रंथ साहिब दी बाणी ने भी आख्या, सती पहरी सत भला बइए पढ़िया पास, उत्थे बैठ के की करिए, उत्थे पाप पुन विचारिए। दो गलों नूं समझना, पाप की है पुन की है, ते जिस दिन असीं पाप पुन नूं समझ लिया, गुरु ने बाणी अंदर वादा रख्या पाप पुन की सार ना जाने दूजे लागी पर भुलाणी। मनुख अज संसार अंदर पाप ते पुन जिहड़ा जीवन का बहुत जरूरी विषय है उन्हूं समझ नहीं रहा। गुरु कहिंदे ने पाप ते पुन का फर्क की है, पापी भगत न भावे, हर पूजा ना सपाए, हरी सिमरन करने वाला हरी नाल रब नाल जुड़िया हुआ मनुख चंगा नहीं लगता। अगले पास एक एग्जाम्पल दे, माखी चंदन पर है, मक्खी चंदन ते नहीं बहिंदी, जिथे रूढ़ी हो जिथे रिश्ता हो उथे जा बहिंदी। चंदन पर हर है जय बिगंध ते जाए ते तो
एक बार उसकी किसी केडी अजीब गल है, मक्खियां दो तरह दियां ने, एक वो है जिहड़ी माखी चंदन पर है जां बिगंध तै जाए, ते एक मक्खी वो भी है जिहनू असीं माखियो दी शहद दी मक्खी आखने आ, वो बिगंध ते नहीं पैंदी, फुल्लां दे विच फर्क की है, माखी मक्खी दा वाक्य ना, एक मक्खी वो भी है जिहड़ी बिगंध ते बहिंदी है, चंदन ते नहीं बहिंदी, जिथे रिश्ता है उत्थे जाके बहिंदी है, ते एक मक्खी वो है जिहड़ी विष्ठा ते नहीं बहिंदी, फुल ते जाके बहिंदी है, और फुल्लां ते बैठण वाली मक्खी जिहड़ी है उहदे कोल शहद है, ते शहद दे नाल नाल कंडा भी है, डंग है उहदे कोल, ਜਿਹੜਾ ਡੰਗ ਵਿਸ਼ਟਾ 'ਤੇ ਬੈਠਣ ਵਾਲੀ ਮੱਖੀ ਕੋਲ ਨਹੀਂ। ਹੁਣ ਅਸੀਂ ਉਹਦਾ ਡੰਗ ਵੇਖ ਕੇ ਇਹ ਆਖਾਂਗੇ ਕਿ ਨਹੀਂ ਇਹਦੇ ਨਾਲ ਤਾਂ ਉਹ ਚੰਗੀ ਹੈ ਜਿਹੜੀ ਵਿਸ਼ਟਾ 'ਤੇ ਬਹਿੰਦੀ, ਕਿਉਂਕਿ ਉਹ ਡੰਗ 'ਤੇ ਨਹੀਂ ਨਾ ਮਾਰਦੀ, ਡੰਗ 'ਤੇ ਨਹੀਂ ਮਾਰਦੀ, ਉਹਦੇ ਕੋਲ ਡੰਗ ਹੈ ਹੀ ਨਹੀਂ, ਇਹਦਾ ਮੱਖੀ ਬਹੁਤ ਚੰਗੀ ਹੈ, ਇਹਦੇ ਕੋਲ ਡੰਗ ਹੈ, ਮਾੜੀ ਪਰ ਪਹਿਲੀ ਮਾੜੀ ਅਤੇ ਚੰਗੀ ਦਾ ਤਾਂ ਪਤਾ ਉਦੋਂ ਲੱਗਦਾ ਜਦੋਂ ਅਸਲੀਅਤ ਪਰਖ ਲਈਏ। ਇਹੋ ਕਾਰਨ ਹੈ ਕਦੇ ਕਿਸੇ ਨੇ ਵਿਸ਼ਟਾ 'ਤੇ ਬਹਿਣ ਵਾਲੀ ਮੱਖੀ ਨੂੰ ਪਾਲਿਆ ਨਹੀਂ, ਪਾਲਦੇ ਬਲਕਿ ਜਿੱਥੇ ਜ਼ਿਆਦਾ ਹੋ ਜਾਣ ਉੱਥੇ ਮਾਰਦੇ ਨੇ, ਮੱਖੀਆਂ ਮਾਰਦੇ ਇਹੋ ਜਿਹੀਆਂ ਦਵਾਈਆਂ ਛਿੜ ਕੇ ਇਹੋ ਜਿਹੇ ਸਾਧਨਾਂ ਨਾਲ ਮੱਖੀਆਂ ਮਾਰ ਦਿੰਦੇ, ਕਿਉਂ ਹਾਲਾਂਕਿ ਉਹਦੇ ਕੋਲ ਡੰਗ ਕੋਈ ਨਹੀਂ, ਤੁਹਾਡੀ ਤਾਂ ਨਹੀਂ, ਹਾਲਾਂਕਿ ਡੰਗ ਹੈ ਉਹਦੇ ਕੋਲ, ਫਰਕ ਹੈ ਨਾ, ਉਹਦੇ ਕੋਲ ਹਾਲਾਂਕਿ ਡੰਗ ਹੈ, ਲੋਕ ਫਿਰ ਵੀ ਉਹਨੂੰ ਪਾਲਦੇ ਨੇ, ਬੜੇ ਵੱਡੇ ਵੱਡੇ ਫਾਰਮ ਬਣ ਕੇ ਲੋਕਾਂ ਨੇ ਬੜੀ ਇਨਵੈਸਟਮੈਂਟ ਕੀਤੀ ਹੋਈ ਹੈ, ਕਿਉਂ? ਕਿਉਂਕਿ ਮੱਖੀਆਂ ਪਾਲਣ ਦੇ ਫਾਰਮ, ਕਿਉਂ? ਕਿਉਂਕਿ ਉਹ ਮਾੜੀ ਥਾਂ 'ਤੇ ਬੈਠਣ ਵਾਲੀ ਹੈ, ਉਹਦਾ ਸੰਬੰਧ ਮਾੜੇ ਜੀਵਨ ਨਾਲ ਹੈ, ਅਤੇ ਇਹਦਾ ਸੰਬੰਧ ਫੁੱਲਾਂ ਦੀ ਖੁਸ਼ਬੂ ਨਾਲ ਹੈ, ਇਹਦੀ ਸ਼ਹਿਦ ਦੇ ਹੁਣ ਜਿਹੜੀ ਰਾਖੀ ਹੈ ਨਾ, ਉਹ ਜਿਹਦੇ ਕੋਲ ਡੰਗ ਨਾ ਹੁੰਦਾ ਤਾਂ ਰਾਖੀ ਵੀ ਨਾ ਹੋ ਸਕਦੀ, ਡੰਗ ਤੁਹਾਨੂੰ ਮਾਰਨ ਲਈ ਨਹੀਂ ਮਿਲਿਆ, ਨਾ ਛੇੜੋ, ਬੈਠੀਏ ਆਪਦੇ ਸ਼ਹਿਰ ਦੇ ਛੱਪੇ 'ਤੇ, ਇਹਨੂੰ ਡੰਗ ਤੁਹਾਨੂੰ ਮਾਰਨ ਲਈ, ਦੁਖੀ ਕਰਨ ਲਈ ਨਹੀਂ ਮਿਲਿਆ, ਇਹਨੂੰ ਤਾਂ ਡੰਗ ਮਿਲਿਆ ਆਪਦੇ ਸ਼ਹਿਰ ਦੀ ਰਾਖੀ ਕਰਨ ਲਈ, ਰਾਖੀ ਕਰਦੀ ਸਿੱਖ ਦਾ ਸ਼ਸਤਰ, ਸਿੱਖ ਦਾ ਹਥਿਆਰ ਜਿਹੜਾ ਹੈ ਉਹ ਇਹ ਧਰਮ ਦੀ ਰਾਖੀ ਲਈ ਹੈ, ਕਿਸੇ ਨੂੰ ਮਾਰਨ ਲਈ ਨਹੀਂ, ਕਿਸੇ ਨੂੰ ਡਰਾਉਣ ਲਈ ਨਹੀਂ, ਇਹ ਫਰਕ ਹੈ। ਜੇ ਇਹ ਸਮਝ ਲਵੇ ਕਿ ਸਿੱਖ ਦਾ ਹਥਿਆਰ ਕੇਵਲ ਧਰਮ ਦੀ ਰਾਖੀ ਲਈ ਹੈ, ਕੇਵਲ ਫੁੱਲਾਂ ਵਰਗੀ ਖੁਸ਼ਬੂ ਵਾਲੇ ਵਿਚਾਰਧਾਰਾ ਦੀ ਰਾਖੀ ਲਈ ਹੈ, ਤਾਂ ਬਦਲ ਜਾਏਗਾ, ਇਹ ਸ਼ਹਿਰ ਦੀ ਮੁੱਖੀ ਹੋ ਜਾਏਗੀ, ਜਿਹਨੂੰ ਲੋਕ ਸੰਭਾਲਣਗੇ, ਜਿਹਨੂੰ ਲੋਕ ਪਾਲਣਗੇ। ਹੁਣ ਇਹੋ ਹੀ ਦੋ ਮੱਖੀਆਂ ਵਿੱਚ ਫਰਕ ਹੈ। ਦੂਜੇ ਪਾਸੇ ਬਾਬਾ ਕਬੀਰ ਕਹਿੰਦੇ ਨੇ ਭਰਿਆ, ਜੇ ਸੰਗਤ ਕਰੇ, ਜੇ ਦੋਸਤੀ ਪਾਵੇਂ, ਜੇ ਰਿਸ਼ਤਾ ਪਾਵੇਂ, ਤਾਂ ਵਿਚਾਰਧਾਰਾ ਵੇਖ ਲਈ, ਬਿਗੰਧ ਵਾਲੀ ਮੱਖੀ ਤਾਂ ਨਹੀਂ, ਕਿਤੇ ਐਸਾ ਨਾ ਹੋਵੇ ਬਿਗੰਧ ਵਾਲੀ ਮੱਖੀ ਨਾਲ ਜੁੜ ਜਾਏ, ਜ਼ਰੂਰਤ ਹੈ ਸ਼ਹਿਦ ਵਾਲੀ ਮੱਖੀ ਨਾਲ। ਸ਼ਹਿਦ ਵਾਲੀ ਮੱਖੀ ਹੈ ਗੁਰਸਿੱਖੀ, ਜਿਹਦੇ ਕੋਲ ਸ਼ਹਿਦ ਹੈ ਅਤੇ ਕੰਡਾ ਵੀ ਹੈ, ਪਰ ਉਹਨੂੰ ਪਤਾ ਹੈ ਕੰਡਾ ਜਿਹੜਾ ਮੈਨੂੰ ਕੇਵਲ ਸ਼ਹਿਦ ਦੀ ਸੰਭਾਲ ਲਈ, ਉਹਦੀ ਰਾਖੀ ਲਈ ਮਿਲਿਆ, ਕਿਸੇ ਨੂੰ ਡਰਾਉਣ ਲਈ ਨਹੀਂ ਮਿਲਿਆ। ਬਾਬਾ ਕਬੀਰ ਕਹਿੰਦੇ ਨੇ ਉਸ ਮੱਖੀ ਤੋਂ ਦੂਰ ਰਹਿ ਜਿਹੜੀ ਬਿਗੰਧ 'ਤੇ ਜਾਂਦੀ ਹੈ। ਕਹਿਣ ਲੱਗੇ ਬਿਗੰਧ ਵਾਲੀ ਮੱਖੀ ਹੈ ਜਿਹਨੂੰ ਲੋਕ ਪ੍ਰਵਾਨ ਨਹੀਂ ਕਰਦੇ,
ਜਿਹਨੂੰ ਲੋਕ ਪਸੰਦ ਨਹੀਂ ਕਰਦੇ। ਕੀ ਤੂੰ ਉਹੋ ਹੀ ਬਣਨਾ ਚਾਹੁੰਦਾ ਜਿਹਨੂੰ ਲੋਕ ਪਸੰਦ ਨਾ ਕਰਨ, ਲੋਕ ਨਫ਼ਰਤ ਕਰਨ? ਅੱਜ ਆਪਣੇ ਵਿਹੜੇ ਵਿੱਚ ਆਤਮਾਰ ਤੇਰਾ ਇਮੇਜ ਉਹ ਬਣਾਇਆ ਜਾ ਰਿਹਾ ਹੈ ਕਿ ਲੋਕ ਤੈਨੂੰ ਪਸੰਦ ਨਾ ਕਰਨ। ਕਹਿਣ ਲੱਗੇ संगत विच जिहड़े धर्म की पवित्रता की शहर इकट्ठी करने वाले होण उन्होंने कलावे विच बैठ, उन्होंने काफले विच शामिल हो, उन्होंने संगत कर, फिर देख तेरा जीवन मौत नहीं बनेगा। उन्हों लोग मारते ने मक्खी, इन्हू लोग पालते हैं। ਕਹਿਣ ਲੱਗੇ ਜੇ ਤੇਰਾ ਕਾਫਲਾ ਸ਼ਹਿਰ ਦੀਆਂ ਮੱਖੀਆਂ ਵਾਲਾ ਹੋ ਗਿਆ ਤੇ ਫਿਰ ਤੇਰਾ ਜੀਵਨ ਮੌਤ ਨਹੀਂ ਬਣੇਗਾ। ਕਿਉਂ? ਕਿਉਂਕਿ ਗੁਰਮਤ ਦੇ ਅਨੁਸਾਰ ਤਾਂ ਮੌਤ ਸਰੀਰ ਦੀ ਨੂੰ ਮੰਨਦੇ ਨੇ। ਜਿਹੜੇ ਰੱਬ ਦੇ ਹੁਕਮ ਵਿੱਚ ਇਹ ਸਮਝਣ ਵੀ ਮਨੁੱਖ ਆਉਂਦਾ ਚਲਾ ਜਾਂਦਾ, ਨਾ ਕੋਈ ਮਰਦਾ ਨਾ ਕੋਈ ਜਿਉਂਦਾ, ਸਭ ਕੁਝ ਉਹਦੇ ਹੁਕਮ ਵਿੱਚ ਹੈ। ਇਸੇ ਲਈ ਗੁਰੂ ਨੇ ਆਖ ਦਿੱਤਾ ਭਲਿਆ ਕਿਸੇ ਦੇ ਮਰਨ ਤੋਂ ਬਾਅਦ ਰੋਂਦਾ ਕਿਉਂ ਹੈ? ਜੇ ਰੋਣਾ ਮੰਨਣ ਤਾਂ ਇਸ ਲਈ ਹੋਇਆ ਕਿ ਤੂੰ ਸਮਝਿਆ ਮਰ ਗਿਆ ਤੇ ਸਰੀਰ ਤਾਂ ਤੇਰੇ ਕੋਲ ਪਿਆ, ਆਤਮਾ ਨੂੰ ਕੁਮਾਰੀ ਮਾਰ ਹੀ ਨਹੀਂ ਸਕਣਾ, ਆਤਮਾ ਅਮਰ ਹੈ। ਤੇ ਪਰ ਮਰਿਆ ਕੀ ਹੈ ਜਿਹਨੂੰ ਰੋ ਰਿਹਾ? ਹੁਣ ਆਹ ਗੱਲ ਸਮਝ ਲੈਣੀ। ਗੁਰਮਤ ਅਨੁਸਾਰ ਨਤੀਜਾ ਨਿਕਲਦਾ ਹੈ ਕਿ ਬਾਬਾ ਕਬੀਰ ਨੇ ਅਗਲੀ ਲਾਈਨ ਕਹਿ ਦਿੱਤੀ। ਕਹਿਣ ਲੱਗੇ ਸੰਸਾਰ ਅੰਦਰ ਵੈਦ ਵੀ ਮਰ ਗਿਆ, ਰੋਗੀ ਵੀ ਮਰ ਗਿਆ, ਸੰਸਾਰ ਅੰਦਰ ਹਰ ਕੋਈ ਮਰ ਰਿਹਾ। ਕਿਉਂ? ਕਿਉਂਕਿ ਉਹਨਾਂ ਨੂੰ ਲੋਕ ਰੋ ਰਹੇ ਨੇ ਤੇ ਆਖ ਰਹੇ ਨੇ ਮਰ ਗਿਆ ਵੈਦ ਮੂਆ, ਰੋਗੀ ਮੂਆ, ਸਭ ਸੰਸਾਰ ਸੰਸਾਰ ਅੰਦਰ ਰੋਜ਼ ਲੋਕ ਮਰ ਰਹੇ ਨੇ। ਕਿਉਂ? ਪਤਾ ਕਦੋਂ ਲੱਗਦਾ? ਜਦੋਂ ਉਹਨਾਂ ਨੂੰ ਕੋਈ ਰੋਂਦਾ, ਇਸ ਘਰ ਵਿੱਚੋਂ ਰੋਣ ਦੀ ਆਵਾਜ਼ ਆਵੇ ਤੇ ਅਚਾਨਕ ਆਵੇ, ਅਸੀਂ ਕੀ ਸਮਝ ਲੈਂਦੇ ਹਾਂ ਕਿਸੇ ਦੀ ਮੌਤ ਹੋ ਗਈ? ਕਿਉਂਕਿ ਰੋਣਾ ਉਹਦੀ ਮੌਤ ਦੀ ਨਿਸ਼ਾਨੀ ਹੋ ਗਈ। ਤੇ ਕਹਿਣ ਲੱਗੇ ਜਦੋਂ ਮੈਂ ਇਸ ਕਾਫਲੇ ਵਿੱਚ ਚਲਾ ਗਿਆ ਜਿੱਥੇ ਸਰੀਰ ਦੀ ਮੌਤ ਨੂੰ ਮੌਤ ਹੀ ਨਹੀਂ ਸਮਝਦੇ, ਜਦੋਂ ਮੈਂ ਉਸ ਕਾਫਲੇ ਵਿੱਚ ਮੇਰੇ ਚੌਗਿਰਦ ਦੇ ਵਿੱਚ ਮੇਰੀ ਦੋਸਤੀ ਦੇ ਘੇਰੇ ਵਿੱਚ ਉਹ ਲੋਕ ਹੋ ਗਏ ਜਿਹੜੇ ਰੱਬ ਦਾ ਹੁਕਮ ਸਮਝਦੇ ਨੇ, ਕੋਈ ਨਾ ਜੰਮਦਾ ਨਾ ਮਰਦਾ। ਇਸ ਲਈ ਮੇਰੇ ਜਾਣ ਤੋਂ ਬਾਅਦ ਉਹ ਰੋਂਦੇ ਨਹੀਂ, ਸਮਝੋ ਮੈਂ ਮਰਦਾ ਹੀ ਨਹੀਂ। ਕਿਉਂਕਿ ਜੇ ਉਹ ਰੋਣਗੇ ਤਾਂ ਮੈਂ ਮੇਰਾ ਮੇਰਾ ਮਰਨਾ ਸਾਬਤ ਹੋ ਜਾਣਾ। ਹੁਣ ਕਿੰਨੀ ਖੂਬਸੂਰਤ ਲੱਭਣ ਨਾਲ ਸਮਝਾਇਆ ਨੇ, ਕਹਿੰਦੇ ਨੇ ਬੈਦ ਮੂਆ ਰੋਗੀ ਮੂਆ, ਬੈਦ ਮੂਆ ਰੋਗੀ ਮੂਆ, ਮੂਆ ਸਭ ਸੰਸਾਰ ਪਰ ਇੱਕ ਮੱਖੀ
पता हो गए दूध कांजी नाल ना मिल बैठे, ये मेल हो गया दूध दा दूध नहीं रहना। इसलिए आप रास विच भी एक लफज क्यों प्रमाण कर लिया होया है, सही गुरमुख प्यारे मिली जिन्ना मिलिया तेरा नाम चेतावे, बस भले पुरुषां दी एकता विचारधारिक एकता पवित्रता की एकता मनुख के जीवन बुलंद करती है। जे कभी बिना सोचे समझे ऐसी एकता भी चला जाए जरा पापी भगत न भावे हर पूजा ना सवाए तो फिर वो संग कुसंगी व्यस्ते पूछे धरवराए वाली गल हो जाती है। ते बाबा कबीर जी ने दूजे श्लोक विच होर स्पष्ट किया, कहिंदे संसार अंदर दुनिया के लोग मर रहे हैं, क्यों मर रहे हैं, क्योंकि उन्होंने रोने वाले ने वो समझते हैं कोई मर गया है, वो जमन मरण को वक्त वक्त रूप में चितर रहा है। पर गुरु कहिंदा मरण जीवन की संकरना सी, मेरे वास्ते तो मरण जीवन जो समकर जाने, जिथे समकर जाने होएगा उथे मरण ते रोएगा कोई क्यों। इसलिए वो ज्ञानवान पुरुषों की संगत में बाबा कबीर कहते हैं मैं बैठा जेडे मरण जीवन की शंका तो उतर उठ रहे थे, वो जीवन मरना जानने का पहुंच गए। इसलिए जिस दिन मैं मरिया उस दिन किसी ने मैनू नहीं रोना ना किसी ने कहना कबीर मर गया है। शरीर तो कबीर है नहीं, आत्मा मरती नहीं, बस ये गल समझाने की कोशिश कर रहे हैं। ना शब्द ना रुख माना जा चुका, फतेह बुलाओ वाहिगुरु जी का खालसा वाहिगुरु जी।